ਲੰਡਨ ਦੇ ਸੈਵਨ ਕਿੰਗਜ਼ ਇਲਾਕੇ ਵਿੱਚ ਸਿੱਖ ਨੌਜਵਾਨਾਂ ਦੀ ਆਪਸੀ ਲੜਾਈ ਦੀ ਵਾਰਦਾਤ ਨੂੰ ਮੀਡੀਆ ਦੇ ਕੁਝ ਹਿੱਸੇ ਵੱਲੋਂ ਸਿੱਖ ਗੈਂਗਵਾਰ ਕਹੇ ਜਾਣ ਤੋਂ ਭਾਈਚਾਰਾ ਨਿਰਾਸ਼ ਨਜ਼ਰ ਆ ਰਿਹਾ। ਸਿੱਖ ਭਾਈਚਾਰੇ ਦੇ ਸਥਾਨਕ ਆਗੂ ਨੇ ਸਿੱਖ ਗੈਂਗ ਸ਼ਬਦ ਦੀ ਵਰਤੋਂ ਅਤੇ ਲੜਾਈ ਦੇ ਦੌਰਾਨ ਕਿਰਪਾਨਾਂ ਚੱਲਣ ਦੀਆਂ ਖ਼ਬਰਾਂ ਨੂੰ ਰੱਦ ਕੀਤਾ। ਐਤਵਾਰ ਸ਼ਾਮ ਨੂੰ ਵਾਪਸੀ ਇਸ ਘਟਨਾ ਦੇ ਦੌਰਾਨ 3 ਜਣਿਆਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਲੜਾਈ ਨੂੰ ਪਹਿਲਾਂ ਹੀ ਚੱਲ ਰਹੇ ਝਗੜੇ ਦਾ ਹਿੱਸਾ ਦੱਸਿਆ। ਪੁਲਿਸ ਨੇ ਛੁਰੇਬਾਜ਼ੀ ਦੀ ਜਿਸ ਘਟਨਾ ਵਿੱਚ 3 ਨੌਜਵਾਨਾਂ ਦੀ ਮੌਤ ਹੋਈ ਹੈ, ਉਹ ਇਹਨਾਂ ਵਿਚਾਲੇ ਪਹਿਲਾਂ ਹੀ ਚੱਲ ਰਹੇ ਵਿਵਾਦ ਦਾ ਨਤੀਜਾ ਸੀ। ਮਰਨ ਵਾਲਿਆਂ ਦੀ ਉਮਰ 20 ਤੋਂ 30 ਸਾਲਾਂ ਦੇ ਦਰਮਿਆਨ ਸੀ। ਪੁਲਿਸ ਦਾ ਮੰਨਣਾ ਹੈ ਕਿ ਕ੍ਰਿਸਟਲ ਬੈਕੁਇਟਿੰਗ ਨੇੜੇ ਵਾਪਰੀ ਘਟਨਾ ਵਿੱਚ 5 ਜਣੇ ਸ਼ਾਮਲ ਸਨ ਅਤੇ ਉਹ ਸਾਰੇ ਇੱਕ ਦੂਜੇ ਨੂੰ ਜਾਣਦੇ ਸਨ। ਇਹ ਸਿੱਖ ਅਤੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਸਨ। ਡੈਟ ਵਿੱਚ ਇੰਸਪੈਕਟਰ ਪਾਉਲ ਗੋਸੀਡਾਈ ਨੇ ਕਿਹਾ ਕਿ ਭਾਵੇਂ ਕਿ ਇਸ ਸਮੇਂ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ, ਪਰ ਮੈਂ ਸਮਝਦਾ ਹਾਂ ਕਿ ਇਹ ਗੈਂਗ ਜਾਂ ਸਲੀ ਮਾਮਲਾ ਨਹੀਂ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਪਹਿਲਾਂ ਤੋਂ ਹੀ ਜਾਰੀ ਕਿਸੇ ਵਿਵਾਦ ਦਾ ਹਿੱਸਾ ਸੀ। ਅਸੀਂ ਸਮਝਦੇ ਹਾਂ ਕਿ ਇਸ ਵਿੱਚ 5 ਜਣੇ ਸ਼ਾਮਲ ਨੇ। ਲੰਡਨ ਦੇ ਮੇਅਰ ਸਾਦਿਕ ਖਾਨ ਵਾਰਦਾਤ ਵਾਲੀ ਥਾਂ ਉੱਤੇ ਪਹੁੰਚੇ। ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਵਿੱਚ ਕਦੇ ਵੀ ਅਜਿਹੀ ਘਟਨਾ ਨਹੀਂ ਵਾਪਰੀ। ਇਸ ਵਿੱਚ ਇਹ ਕਹਾਣੀ ਕੀ ਸੀ, ਪੁਲਿਸ ਇਸ ਦੀ ਤਫਤੀਸ਼ ਕਰ ਰਹੀ ਹੈ। ਬਿਊਰੋ ਰਿਪੋਰਟ, ਆਵਾਜ਼ੀ ਕੌਮ ਟੀਵੀ।